इनू असी छोटी होंदी नू इहने नाल ही रहना, असी रोकना या रोकी नहीं हैगी वी चलो खेत जांदी है ठीक है। साडा इह पिता पुरखी धंदा है, उहदे कारण इह साडे नाल दी जी खून चीती साडे काम घट करदा काम इह वध करदी है। जिन्ने मर्जी काम दी ला लो तुसी इक देखो नाले दा इहनू खेत दा काम करदी है, नाले जदों खाणा कमाउणा ना ने। मैं भी कई बार हैरान मन जाना भी इहनू पता हुंदा भी हुण इक रोटी रेडी कोले मुक्कण वाली है, इहने उहदी गरम लिया के साडे मूहरे धर देणी है। ਵੀ ਮੈਂ ਕਿਹਾ ਵੀ ਇੱਥੇ ਹੀ ਰਹਿ ਕੇ ਵੀ ਕੁਛ ਮੈਂ ਕਰਕੇ ਦਿਖਾਉਣਾ ਆਪਣੀ ਜ਼ਿੰਦਗੀ 'ਚ ਜੇ, ਕਿਉਂਕਿ ਜਿਹੜਾ ਕੋਈ ਵੀ ਬੱਚਾ ਜੇ ਆਪਾਂ ਸਟਰਗਲ ਕਰਦੇ ਹਾਂ ਤਾਂ ਆਖਰ ਨੂੰ ਇੱਕ ਮੁਕਾਮ ਤਾਂ ਮੁਕਾਮ 'ਤੇ ਪਹੁੰਚ ਹੀ ਸਕਦੇ ਹਾਂ। ਜਦ ਆਪਾਂ ਸੋਚ ਹੀ ਲਿਆ ਵੀ ਇਹ ਚੀਜ਼ ਖਾਣ ਲਈ ਵੀ ਹਾਂ ਇਹ ਕਰਨਾ ਤਾਂ ਬੰਦਾ ਕਰ ਸਕਦਾ। ਇੱਕ ਪਰਿਵਾਰ ਦੇ ਵਿੱਚ ਪਹੁੰਚਿਆ, ਉਸ ਪਰਿਵਾਰ ਦੀ ਧੀ ਆਪਣੇ ਬਾਪੂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਵਾ ਰਹੀ ਹੈ। ਸਭ ਤੋਂ ਪਹਿਲਾਂ ਉਹਦੇ ਬਾਪੂ ਜੀ ਨੂੰ ਪੁੱਛਾਂਗੇ ਕਿ ਜਿਹੜੀ ਤੁਹਾਡੀ ਧੀ ਹੈ ਕਦੋਂ ਤੋਂ ਖੇਤੀ ਕਰਨ ਲੱਗੀ ਹੈ, ਕਿਉਂਕਿ ਇਹ ਧੀ ਜੀਪ ਵੀ ਚਲਾਉਂਦੀ ਹੈ, ਟਰੈਕਟਰ ਵੀ ਚਲਾਉਂਦੀ ਹੈ, ਖੇਤੀ ਵੀ ਕਰਦੀ ਹੈ, ਪੜ੍ਹਦੀ ਵੀ ਹੈ। ਪਹਿਲਾਂ ਉਹਨਾਂ ਤੋਂ ਉਹਨਾਂ ਦੇ ਬਾਪੂ ਜੀ ਤੋਂ ਸਾਰੀ ਗੱਲਾਂ ਪੁੱਛਾਂਗੇ ਕਿ ਇੰਨਾ ਟਾਈਮ ਨਿਕਲਦਾ ਕਿਵੇਂ ਹੈ, ਸ਼ੌਂਕ ਕਿੱਦਾਂ ਜਾਗਿਆ ਉਹ ਕੁੜੀ ਨੂੰ ਸੰਗਰੂਰ ਦੀ ਇਹ ਧੀ ਨੂੰ, ਪਿੰਡ ਕਨੋਈ ਦੀ ਇਸ ਧੀ ਨੂੰ। ਤੁਹਾਨੂੰ ਆ ਤਸਵੀਰਾਂ ਦਿਖਾਉਂਦੇ ਹਾਂ, ਅਸੀਂ ਉਹਨਾਂ ਦੇ ਘਰ ਪਹੁੰਚੇ ਹਾਂ, ਇਹ ਉਹਨਾਂ ਦਾ ਘਰ ਹੈ। ਸਭ ਤੋਂ ਪਹਿਲਾਂ ਉਹਨਾਂ ਦੇ ਬਾਪੂ ਜੀ ਨਾਲ ਗੱਲਬਾਤ ਕਰਦੇ ਹਾਂ ਕਿ ਜਿਹੜੀ ਤੁਹਾਡੀ ਧੀ ਹੈ ਕਿੱਦਾਂ ਦਾ ਉਹਨਾਂ ਨੂੰ ਸ਼ੌਂਕ ਜਾਗਿਆ, ਸ਼ੌਂਕ ਹੈ ਜਾਂ ਬਾਪੂ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਨ ਦੀ ਇੱਕ ਆਦਤ ਹੈ। ਗੱਲਬਾਤ ਕਰਦੇ ਹਾਂ, ਕੀ ਨਾਮ ਹੈ ਜੀ? ਮੇਰਾ ਨਾਮ ਹਰਮਲਾਪ ਸਿੰਘ ਹੈ ਜੀ। ਹਰਮਲਾਪ ਜੀ, ਕਨੋਈ ਪਿੰਡ ਦੇ ਤੁਸੀਂ ਰਹਿਣ ਵਾਲੇ ਹੋ, ਸਭ ਤੋਂ ਪਹਿਲਾਂ ਦੱਸੋ ਕੋਈ ਤੁਹਾਡੀ ਧੀ ਹੈ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਦੀ ਹੈ? ਮੈਂ ਤੁਹਾਨੂੰ ਦੱਸਦਾ ਜੀ, ਜਿਵੇਂ ਸ਼ੌਂਕ ਦੀ ਗੱਲ ਕਰਦੇ, ਸ਼ੌਂਕ ਨਹੀਂ ਹੁੰਦਾ ਇਹ, ਸਾਡਾ ਇਹ ਪਿਤਾ ਪੁਰਖੀ ਧੰਦਾ ਹੈ। ਹੁਣ ਅਸੀਂ ਵੀ ਸਾਡੇ ਪਿਓਾਂ ਦੇ ਮਗਰ ਜਦੋਂ ਅਸੀਂ ਛੋਟੇ ਤੇ ਅਸੀਂ ਪਿੱਛੇ ਅਸੀਂ ਖੇਤ ਨੂੰ ਵਗ ਜਾਣਾ ਸਿੱਖ ਗਏ, ਉਹ ਮੈਂ ਜਿਵੇਂ ਇਹਨੂੰ ਤੀ, ਕਿਉਂਕਿ ਅੱਜ ਕੱਲ੍ਹ ਲੋਕ ਜਵਾਕਾਂ ਨੂੰ ਬਾਹਰ ਨਹੀਂ ਕੱਢਦੇ। ਮੇਰਾ ਖਿਆਲ ਕਹਿੰਦਾ ਵੀ ਕੁਛ ਪਰਸੈਂਟੇਜ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਖੇਤ ਚੀਜ਼ ਕਿਵੇਂ ਕੀ ਹੁੰਦਾ ਜਾਂ ਕੁਛ ਵੀ ਏਸੀਆਂ ਥੱਲੋਂ। ਇਹਨੂੰ ਅਸੀਂ ਛੋਟੀ ਹੁੰਦੀ ਨੂੰ ਇਹਨੇ ਨਾਲ ਹੀ ਰਹਿਣਾ, ਅਸੀਂ ਰੋਕਣਾ ਜਾਂ ਰੋਕੀ ਨਹੀਂ ਹੈਗੀ ਵੀ ਚਲੋ ਖੇਤ ਜਾਂਦੀ ਹੈ ਠੀਕ ਹੈ। ਸਾਡਾ ਇਹ ਪਿਤਾ ਪੁਰਖੀ ਧੰਦਾ ਹੈ, ਉਹਦੇ ਕਾਰਨ ਇਹ ਸਾਡੇ ਨਾਲ ਸੀਗੀ ਖੂਨ ਚੀਤੀ ਸਾਡੇ। ਕਿੰਨੇ ਸਾਲ ਤੋਂ ਕੰਮ ਕਰ ਰਹੀ ਹੈ, ਕਿੰਨੇ ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਕੰਮ ਕਰਨਾ? ਇਹ ਪਹਿਲਾਂ ਛੋਟੀ ਹੁੰਦੀ ਨਾ ਸਾਡੇ ਨਾਲ ਟਰੈਕਟਰ 'ਤੇ ਬਹਿ ਜਾਂਦੀ, ਜਿਵੇਂ ਆਮ ਬੱਚੇ ਨੂੰ ਬਿਠਾ ਦਿੰਦੇ ਹਾਂ। ਇਹਨੂੰ 2016-17 ਦੇ ਵਿੱਚ ਅਸੀਂ ਨਾ ਜਿਵੇਂ ਆ ਗੁੱਗ ਜੀ ਦਾ ਸਿਸਟਮ ਜਿਹਾ ਚੱਲਿਆ, ਅਸੀਂ ਖੈਰ ਮੈਂ ਤਾਂ 2007 ਦੇ ਵਿੱਚ ਹਟ ਗਿਆ ਸੀ ਅੱਗ ਲਾਉਣੋਂ, ਉਦੋਂ ਬਾਅਦ ਲਾਉਂਦੇ ਰਹੇ ਲੋਕ ਇਹਨੂੰ, ਕੁਛ ਇਹਨੇ ਹੱਲਾਸੇਰੀ ਦਿੱਤੀ। ਸੋ 2000 ਮੇਰੇ ਖਿਆਲ 16 ਜਾਂ 17 ਸੀਗਾ ਜਦੋਂ ਇਹ ਸਾਡੇ ਨਾਲ ਆਈ ਹੈ, ਅਤੇ ਉਦੋਂ ਵੀ ਅੱਗ ਨਹੀਂ ਲਾਉਣੀ ਜਿਹੜੀ, ਮੈਂ ਤੁਹਾਡੇ ਨਾਲ ਲੱਗੂੰਗੀ। ਅਸੀਂ ਹੱਸਣ ਲੱਗ ਗਏ ਘਰ ਦੇ ਵਿੱਚ ਵੀ ਅੱਗ ਲਾ ਦਈਏ ਜਾਂ ਲੋਕ ਲਾਉਂਦੇ ਨੇ, ਕਹਿੰਦੇ ਵੀ ਨਹੀਂ ਲਾਉਣੀ ਨਹੀਂ ਮੈਂ ਤੁਹਾਡੇ ਨਾਲ। ਕਿੰਨੇ ਸਾਲ ਦੀ ਸੀ ਉਦੋਂ ਲੜਕੀ? ਮੇਰਾ ਖਿਆਲ ਉਦੋਂ 17 ਸਾਲ ਦੀ ਹੋਊਗੀ ਜੀ, 16 ਜਾਂ 17 ਸਾਲ ਦੀ, ਅਤੇ ਹੁਣ ਇਹਨੂੰ 21 ਸਾਲ ਦੀ ਹੋਊਗੀ, ਇਹ 16-17 ਦੀ ਹੋਵੇਗੀ ਉਹਨਾਂ ਨਾ। ਵੈਸੇ ਇੰਨੀ ਕੀਤੀ ਕਿ ਉਦੋਂ ਟਰੈਕਟਰ ਸਿੱਖਿਆ ਤੀ, ਫਿਰ ਅਸੀਂ ਇਸ ਵੈਸੇ ਤਾਂ ਇਹ ਗੇਅਰ ਗੂਰ ਜਿਹਾ ਪਹਿਲਾਂ ਹੀ ਪਾ ਲੈਂਦੀ ਤੀ, ਅਤੇ ਉਹ ਇਹ ਪਹਿਲਾਂ ਕੀਤੀ ਨਾ ਜਦੋਂ ਛੋਟੀ ਤੀ ਥੋੜ੍ਹੀ ਜਿਹੀ, ਉਦੋਂ ਸੰਗਦੀ ਹੁੰਦੀ ਵੀ ਜਿਵੇਂ ਅਸੀਂ ਕਹਿ ਦੇਣਾ ਵੀ ਅਮਨ ਖੇਤ 'ਚ ਜਾਣਾ, ਇਹਨੇ ਕਹਿਣਾ ਵੀ ਮੈਨੂੰ ਟਰੈਕਟਰ ਖੇਤ 'ਚ ਲਿਆ ਕੇ ਦੇ ਦਿਓ, ਮੈਂ ਖੇਤ 'ਚ ਵਾਲੂ, ਪਰ ਮੈਨੂੰ ਸੜਕ 'ਤੇ ਜਾਣ ਨੂੰ ਸੰਗ ਲੱਗਦੀ। ਕਿਉਂ ਕਿਉਂ ਸੰਗ ਕਾਹਦੀ? ਬਸ ਜਿਵੇਂ ਆਮ ਕੁੜੀਆਂ ਨੂੰ ਹੁੰਦਾ ਹੀ ਆ, ਫਿਰ ਉਦੋਂ ਬਾਅਦ ਇਹ ਜਦੋਂ ਟਰੈਕਟਰ 'ਤੇ ਆ ਗਈ ਆ ਪਤਾ ਲੱਗ ਗਿਆ ਵੀ ਹਾਂ ਚਲਾਉਂਦੀ ਆ, ਫਿਰ ਇਹਨੂੰ ਹੱਲਾਸੇਰੀ ਹੋ ਜਾਂਦੀ ਹੈ। ਜਿਵੇਂ ਪਿੰਡ ਦੇ ਵਿੱਚ ਲੈ ਜਾਂਦੀ ਹੈ ਟਰੈਕਟਰ? ਮੈਂ ਕਹਿੰਦਾ ਜੀ ਕਿਤੇ ਕੋਈ ਪਰਵਾਹ ਹੀ ਨਹੀਂ ਹੈਗੀ ਸਾਨੂੰ, ਤਾਂ ਕੋਈ ਦਿੱਕਤ ਹੀ ਨਹੀਂ ਆਉਂਦੀ। ਸਾਨੂੰ ਤਾਂ ਇਹ ਹੁੰਦਾ ਵੀ ਅੱਜ ਕੋਈ ਅਸੀਂ ਕੰਮ ਕਰਦੇ ਵੀ ਅਮਨੇ ਉੱਥੋਂ ਹਲ ਪਾ ਲਿਆ, ਮਤਲਬ ਇਕੱਲੀ ਤੋਂ ਹਲ ਨਹੀਂ ਪੈਂਦੇ ਵੀ ਨਾਲ ਜਿਵੇਂ ਕੋਈ ਨੌਕਰ ਹੁੰਦਾ ਜਾਂ ਕੋਈ ਭਈਆ ਹੁੰਦਾ ਵੀ ਜਾਂ ਪਾ ਲਿਓ ਉੱਥੇ ਬਾਹਣ ਬਾਹਣ ਵਾਲਾ, ਜਿਵੇਂ ਅੱਜ ਤੁਸੀਂ ਦੇਖਿਆ ਉੱਥੇ ਬਾਹਰ ਹੀ ਤੀ, ਅਤੇ ਸਾਰਾ ਕੱਦੂ ਕੁੱਦੂ ਸਾਡਾ ਜਦੋਂ ਲੋੜ ਹੁੰਦੀ ਅਸੀਂ ਕਰਵਾਉਂਦੇ ਹਾਂ, ਤੂੰ ਕਰਦੀ ਹੈ ਸਾਡੇ ਨਾਲ। ਜੀਪ ਵੀ ਚਲਾਉਂਦੇ ਆ, ਜੀਪ ਸ਼ੌਂਕ ਹੈ ਰੱਖੀ ਆ ਕਿ ਕੰਮ ਵੀ ਲੈ ਲੈਂਦੇ? ਉਹ ਕੰਮ ਵੀ ਲੈਂਦੇ ਜੀ, ਅਸੀਂ ਜਿਵੇਂ ਰੇਹ ਲੱਦ ਲੈਂਦੇ ਹਾਂਗੇ, ਰੇਹ ਲੈ ਕੇ ਖੇਤ ਦੇ ਵਿੱਚ, ਜ਼ਿਮੀਂਦਾਰ ਨੂੰ ਜੀਪ ਦੀ ਲੋੜ ਰਹਿੰਦੀ ਹੈ, ਮਤਲਬ ਕਿ ਸਾਡੇ ਕਾਰ ਵੀ ਹੈਗੀ, ਪਰ ਅਸੀਂ ਜੀਪ ਦਾ ਸਾਡਾ ਇਹ ਹੈਗਾ ਵੀ ਜ਼ਿਆਦਾ ਸਾਨੂੰ ਜੀਪ ਦੀ ਲੋੜ ਰਹਿੰਦੀ ਹੈ ਜ਼ਿਮੀਂਦਾਰ ਕਰਕੇ, ਜੀਪ ਦੇ ਵਿੱਚ ਕੋਈ ਡੀਜ਼ਲ ਲੈ ਕੇ ਆਉਣਾ, ਹੋਰ ਲਿਆਉਣਾ, ਉਹਦੇ ਕਰਕੇ ਫਿਰ ਇਹਨੂੰ ਸਾਰੀ ਮਸ਼ੀਨਰੀ ਚਲਾਉਂਦੀ ਹੈ। ਨਾਲ ਨਾਲ ਪੜ੍ਹਾਈ ਵੀ ਕਰ ਰਹੀ ਹੈ, ਕਿਹੜੀ ਕਲਾਸ ਤੱਕ ਪੜ੍ਹ ਚੁੱਕੀ ਹੈ? ਹਾਂਜੀ, ਇਹ ਪੜ੍ਹਾਈ ਕਰ ਰਹੀ ਹੈ, ਇਹ ਕੋਰਸ ਕੀਤਾ ਇਹਨੇ ਫੂਡ ਪ੍ਰੋਸੈਸਿੰਗ ਦਾ ਪਟਿਆਲੇ ਤੋਂ, ਅਤੇ ਹੁਣ ਅੱਗੇ ਯੂਨੀਵਰਸਿਟੀ ਦਾ ਚੱਲ ਰਹੀ ਹੈਗੀ, ਟਰਾਈ ਯੂਨੀਵਰਸਿਟੀ 'ਚ ਲੈਣੀ ਹੈ ਐਡਮਿਸ਼ਨ। ਇੱਕ ਗੱਲ ਦੱਸੋ, ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਕੰਮ ਕਰਾਉਂਦੀ ਹੈ ਖੇਤਾਂ ਦੇ ਵਿੱਚ, ਪੜ੍ਹਦੀ ਵੀ ਹੈ, ਘਰ ਦੇ ਕੰਮ ਵੀ ਕਰਦੀ ਹੈ, ਕਿ ਟਾਈਮ ਕਿਵੇਂ ਕੱਢਦੀ ਹੈ ਇਹਨਾਂ? ਟਾਈਮ ਇਹਦੇ 'ਤੇ ਪ੍ਰੈਸ਼ਰ ਬਹੁਤ ਰਹਿੰਦਾ ਜੀ, ਬਹੁਤ ਰਹਿੰਦਾ। ਜਦੋਂ ਹੁਣ ਆਥਣੇ 5 ਵਜੇ ਉੱਥੋਂ ਕਾਲਜੋਂ ਆਉਂਦੀ ਹੈ, ਪਰ ਆ ਕੇ ਜਿਹੜੇ ਇਹਦੇ ਘਰ ਦੇ ਕੰਮ ਨੇ ਥੋੜ੍ਹੇ ਜਿਹੇ, ਉਹ ਇਹਨੂੰ ਕੰਟਰੋਲ ਕਰ ਲੈਂਦੇ, ਜਿਵੇਂ ਅਸੀਂ ਉੱਧਰ ਧਾਰਾਂ ਧੂਰਾਂ ਦਾ ਚਬਾਉਣ ਵਗ ਜਾਂਦੀ, ਆ ਕੇ ਇੱਕ ਵਾਰੀ ਤਾਂ ਇਹਨੇ ਰੈਸਟ ਕਰਨਾ ਹੁੰਦਾ ਘੰਟਾ ਕੁ। ਉਦੋਂ ਬਾਅਦ ਜਿਹੜੇ ਸਾਡੇ ਹੋਰ ਕੰਮ ਨੇ, ਜਿਵੇਂ ਆਥਣ ਦਾ ਦੇਖਣਾ ਵੀ ਕੀ ਕੰਮ ਕੀਤਾ ਅੱਜ ਜਾਂ ਕਿਵੇਂ ਕਰਨਾ। ਹੁਣ ਛੁੱਟੀਆਂ ਚੱਲ ਰਹੀਆਂ ਨੇ, ਹੁਣ ਸਾਡੇ ਨਾਲ ਟੋਟਲੀ ਖੇਤ ਹੈ, ਉਹ ਜਿੱਦਣ ਦੇ ਜੀਰੀ ਲਾਉਣ ਲੱਗਿਆ ਸਾਡੇ ਨਾਲ ਖੇਤ ਹੈ। ਪਰਿਵਾਰ ਦੇ ਵਿੱਚ ਕਿੰਨੇ ਜੀਓ? ਅਸੀਂ ਹੈਗੇ ਹਾਂ ਜੀ 5 ਬੰਦੇ ਹਾਂ। ਬੇਟਾ? ਬੇਟਾ, ਬੇਟੀ, ਬੇਬੇ ਦੀ ਡੈਥ ਹੋ ਗਈ ਸਾਡੀ। ਬੇਟੇ ਬਾਰੇ ਕੀ ਕਹਿਣਾ ਚਾਹੋਗੇ? ਬੇਟਾ ਕਰਾਉਂਦਾ ਮਦਦ? ਬੇਟਾ ਕਰਾਉਂਦਾ, ਬੇਟਾ 'ਚ ਖੇਤੀ ਹੈ, ਪਰ ਉਹ ਥੋੜ੍ਹਾ ਜਿਹਾ ਸੰਗਦਾ ਮੀਡੀਆ 'ਚ, ਕੈਮਰੇ ਮੂਹਰੇ ਆਉਣ ਤੋਂ ਸੰਗਦਾ। ਅਮਨ ਤੋਂ ਜ਼ਿਆਦਾ ਕੰਮ ਕਰਦਾ ਹੈ ਕਿ ਅਮਨ ਤੋਂ
ਘੱਟ ਕੰਮ ਕਰਦਾ, ਕੰਮ ਇਹ ਤੋਂ ਘੱਟ ਕਰਦਾ, ਉਹ ਸਾਲਾ ਕੰਮ ਘੱਟ ਕਰਦਾ, ਕੰਮ ਇਹ ਵੱਧ ਕਰਦੀ ਹੈ। ਜਿੰਨੇ ਮਰਜ਼ੀ ਕੰਮ ਦੀ ਲਾ ਲਓ ਤੁਸੀਂ, ਤੁਸੀਂ ਇੱਕ ਦੇਖੋ ਨਾਲੇ ਤੈਨੂੰ ਖੇਤ ਦਾ ਕੰਮ ਕਰਦੀ ਹੈ, ਨਾਲੇ ਜਦੋਂ ਖਾਣਾ ਖਵਾਉਣਾ ਇਹਨਾਂ ਨੇ। ਮੈਂ ਵੀ ਕਈ ਵਾਰੀ ਹੈਰਾਨ ਮੰਨ ਜਾਂਦਾ ਵੀ ਇਹਨੂੰ ਪਤਾ ਹੁੰਦਾ ਵੀ ਹੁਣ ਇੱਕ ਰੋਟੀ ਰੇਡੀ ਕੋਲ ਮੁੱਕਣ ਵਾਲੀ ਹੈ, ਇਹਨੇ ਉਹਦੀ ਗਰਮ ਲਿਆ ਕੇ ਸਾਡੇ ਮੂਹਰੇ ਧਰ ਦੇਣੀ ਹੈ। ਨਾਲੇ ਖੇਤ ਵਾਲੇ ਕੰਮ ਦੇ ਵਿੱਚ ਇੰਟਰਸਟ ਹੈ ਇਹਦਾ, ਦੇਖੋ ਤੁਸੀਂ। ਬੇਟਾ ਪਿੱਛੇ ਛੱਡਤਾ? ਨਹੀਂ, ਉਹ ਕਰਦਾ ਹੈ, ਉਹ ਥੋੜ੍ਹਾ ਜਿਹਾ ਸੰਗਦਾ। ਨਹੀਂ ਨਹੀਂ, ਕੰਮ ਦੇ ਮੁਕਾਬਲੇ ਤਾਂ ਜਿਵੇਂ ਕੰਮ ਦੇ ਮੁਕਾਬਲੇ ਉਹਨੂੰ ਛੱਡ ਗਈ ਜੀ ਇਹ ਪਿੱਛੇ। ਕੁਛ ਇਹਦਾ ਥੋੜ੍ਹਾ ਜਿਹਾ ਜਿਹੜਾ ਸਰੀਰ ਹੈ ਨਾ, ਹੱਡ ਇਹਦਾ ਕਰੜ ਹੈ, ਉਹਦਾ ਪੁੱਲ ਹੈ ਥੋੜ੍ਹਾ ਜਿਹਾ, ਇਹਦਾ ਕਰੜ ਹੈ। ਜਿਵੇਂ ਇਹਨੂੰ ਤਾਂ ਅਸੀਂ ਜਿਵੇਂ ਹੁਣ ਜਾਮਣ ਹੈ ਸਾਡੇ, ਉਹ ਜਾਮਣ ਹੈ, ਜਾਮਣ ਦੇ ਉੱਤੇ 2 ਸਾਲਾਂ ਮਾਰੂ ਤਾਂ ਚੜ ਜੂ। ਤੁਸੀਂ 20-21 ਸਾਲ ਦੀ ਕੁੜੀ ਨੂੰ ਕਹੋ ਵੀ ਜਾਮਣ 'ਤੇ ਚੜ੍ਹ ਜਾ, ਚੜ੍ਹਦੀ ਨਹੀਂ, ਇਹਨੇ ਚੜ੍ਹ ਜਾਣਾ। ਤੁਹਾਡੇ ਕੋਲ ਦੁਬਾਰਾ ਵੀ ਆਵਾਂਗੇ, ਹੁਣ ਆਪਾਂ ਅਮਨ ਕੋਲ ਚੱਲਦੇ ਹਾਂ। ਅਮਨ, ਸਭ ਤੋਂ ਪਹਿਲਾਂ ਦੱਸੋ ਕਿ ਜਿਵੇਂ ਤੁਹਾਡੇ ਪਾਪਾ ਨੇ ਦੱਸਿਆ ਕਿ 2016 ਦੇ ਵਿੱਚ ਜਾਂ 17 ਦੇ ਵਿੱਚ ਤੁਸੀਂ ਖੇਤੀ ਦੇ ਵਿੱਚ ਆ ਗਏ ਸੀ, ਕਿੱਦਾਂ ਸ਼ੌਂਕ ਜਾਗਿਆ? ਜਦੋਂ ਮਤਲਬ ਜਦੋਂ ਮੈਂ 11ਵੀਂ 12ਵੀਂ 'ਚ ਸੀ ਜਾਂ 10ਵੀਂ 11ਵੀਂ 'ਚ, ਤਾਂ ਉਦੋਂ ਮੈਂ ਕਰਵਾਉਂਦੀ ਸੀਗੀ ਨਾਲ, ਜਿੱਦਾਂ ਹੈ ਨਾ ਫਾਦਰ ਸਾਹਿਬ ਨੇ ਦੱਸਿਆ ਵੀ ਸੰਗਦੀ ਹੁੰਦੀ ਸੀ ਮੈਂ, ਤਾਂ ਨਾ ਜਿਵੇਂ ਕੱਪੜਾ ਬੰਨ੍ਹ ਕੇ ਮੂੰਹ 'ਤੇ ਜਾਣਾ ਵੀ ਨਹੀਂ ਮੈਨੂੰ ਸੰਗ ਆਉਂਦੀ ਹੈ, ਜਾਂ ਤੁਸੀਂ ਫੜਾਇਆ ਉੱਥੇ ਛੱਡਿਆ ਟਰੈਕਟਰ ਵੀ ਮੈਂ ਉੱਥੇ ਚਲਾਉਂਗਾ, ਚਲੋ ਉੱਥੇ ਇਹਨਾਂ ਨੇ ਛੱਡਿਆ ਹੋਣਾ, ਚਲੋ ਫਿਰ ਮੈਂ ਉੱਥੇ ਵਾਹਵਾ ਹੀ ਇਹਨਾਂ ਨਾਲ ਕਰਵਾ ਦੇਣਾ। ਪਰ ਜਦੋਂ ਮੇਰੀ 12th ਕੰਪਲੀਟ ਹੋਈ ਤਾਂ ਮੈਂ ਕਿਹਾ ਵੀ ਮੈਂ ਬਾਹਰ ਜਾਣਾ, ਮੈਂ ਆਇਲਸ ਕੀਤੀ ਅਤੇ ਮੇਰਾ ਬੈਂਡ ਸਕੋਰ ਆਇਆ ਜਦ, ਤਾਂ ਮਤਲਬ ਮੇਰਾ ਸਾਰਾ ਮੈਡੀਕਲ ਵਗੈਰਾ ਹੋ ਗਿਆ ਸੀਗਾ, ਔਫਰ ਲੈਟਰ ਆ ਗਿਆ ਸੀ, ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਬਹਿ ਕੇ ਇੱਕ ਗੱਲ ਸਮਝਾਈ ਵੀ ਤੂੰ ਸਾਡੇ ਨਾਲ ਕੰਮ ਕਰਵਾਉਣੀ ਹੈ ਵੀ ਵਧੀਆ, ਆਪਾਂ ਇੱਥੇ ਮਤਲਬ ਕਿਹੜਾ ਸਰਦੇ ਵਰਦੇ ਹਾਂ, ਵੀ ਤੂੰ ਇੱਥੇ ਹੀ ਕਰਕੇ ਵੀ ਇੱਥੇ ਹੀ ਰਹਿ ਕੇ ਤੂੰ ਕਿਉਂ ਨਹੀਂ ਕੁਛ ਕਰਦੀ ਹੈਗੀ। ਤਾਂ ਮੈਨੂੰ ਥੋੜ੍ਹਾ ਜਿਹਾ ਹੋਇਆ ਵੀ ਕਿਉਂਕਿ ਮੇਰਾ ਸਾਰਾ ਫਰੈਂਡ ਸਰਕਲ ਬਾਹਰ ਸੀਗਾ, ਕਿ ਮੈਂ ਸੋਚਿਆ ਵੀ ਨਹੀਂ ਵੀ ਬਾਹਰ ਹੀ, ਤਾਂ ਮੈਂ ਆਪਦੇ ਮਤਲਬ ਇੱਕ ਗੱਲ ਸੋਚੀ ਵੀ ਜੇ ਮਤਲਬ ਮੈਨੂੰ ਇਹਨਾਂ ਦੀ ਗੱਲ ਨੂੰ ਇਹ ਇਹਨਾਂ ਦੀ ਵੀ ਗੱਲ ਠੀਕ ਹੈਗੀ ਵੀ ਮੈਂ ਇੱਥੇ ਰਹਿ ਕੇ ਵੀ ਜਦੋਂ ਮਿਹਨਤ ਹੀ ਕਰਨੀ ਹੈ ਵੀ ਇੱਥੇ ਰਹਿ ਕੇ ਕਿਉਂ ਨਹੀਂ ਮੈਂ ਕੁਛ ਕਰ ਸਕਦੀ, ਤਾਂ ਫਿਰ ਮੈਂ ਮਤਲਬ ਉਹ ਆਈਡੀਆ ਨੂੰ ਮਤਲਬ ਡਰੋਪ ਕਰਕੇ ਤਾਂ ਮੈਂ ਇੱਥੇ ਰਹਿਣ ਦਾ ਫੈਸਲਾ ਕੀਤਾ। ਅਤੇ ਉਸ ਤੋਂ ਬਾਅਦ ਮਤਲਬ ਜਿੱਦਾਂ ਪਰਾਲੀ ਨੂੰ ਅੱਗ ਨਾ ਲਗਾਉਣ ਦਾ ਵੀ ਹੈਗਾ ਸੀਗਾ, ਤਾਂ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਤੁਹਾਡੇ ਨਾਲ ਲੱਗੂ ਤੁਸੀਂ, ਪਰ ਪਰਾਲੀ ਨੂੰ ਅੱਗ ਨਹੀਂ ਲਾਉਣੀ। ਚਲੋ ਅਮਨ, ਚਲ ਥੋੜ੍ਹੀ ਗੱਲ ਬਚਾ ਲਈ ਹੈ, ਗੱਲ ਥੋੜ੍ਹੇ ਸੁਪਨੇ ਦੀ ਕਰਦੇ। ਇੱਕ ਸੁਪਨਾ ਹੁੰਦਾ, ਇੱਕ ਸੁਪਨਾ ਦੇਖਿਆ ਬਾਹਰ ਜਾਣ ਦਾ, ਔਫਰ ਲੈਟਰ ਤੱਕ ਆ ਚੁੱਕਿਆ ਸੀ, ਬਾਪੂ ਜੀ ਨੇ ਸਮਝਾਇਆ, ਗੱਲ ਸਮਝ ਪੈ ਗਈ, ਜਿਹੜਾ ਸੁਪਨਾ ਹੈ ਤੋੜ ਦਿੱਤਾ, ਬਾਪੂ ਖਾਤਰ ਕੀ ਕਹਿਣਾ ਚਾਹੁੰਦੇ? ਨਹੀਂ, ਚਲੋ ਸੁਪਨਾ ਸੀਗਾ ਉਹ, ਕੋਈ ਉਹ ਨਹੀਂ ਸੀਗਾ, ਵੱਡੀ ਗੱਲ ਨਹੀਂ। ਅੱਜ ਵੀ ਕਹਿੰਦੇ ਨੇ ਵੀ ਤੂੰ ਜੇ ਜਾਣਾ ਤਾਂ ਚੱਲ ਜਾ, ਬਟ ਹੁਣ ਮੇਰਾ ਹੀ ਜੀ ਨਹੀਂ ਹੈਗਾ ਜਾਣ ਦਾ, ਵੀ ਮੈਂ ਕਿਹਾ ਵੀ ਇੱਥੇ ਹੀ ਰਹਿ ਕੇ ਵੀ ਕੁਛ ਨਾ ਕੁਛ ਮੈਂ ਕਰਕੇ ਦਿਖਾਉਣਾ ਆਪਣੀ ਜ਼ਿੰਦਗੀ 'ਚ, ਜੇ ਕਿਉਂਕਿ ਜਿਹੜਾ ਕੋਈ ਵੀ ਬੱਚਾ ਜੇ ਆਪਾਂ ਸਟਰਗਲ ਕਰਦੇ ਹਾਂ ਤਾਂ ਆਖਰ ਨੂੰ ਇੱਕ ਮੁਕਾਮ ਤਾਂ ਮੁਕਾਮ 'ਤੇ ਪਹੁੰਚ ਹੀ ਸਕਦੇ, ਜਦੋਂ ਆਪਾਂ ਸੋਚ ਹੀ ਲਿਆ ਵੀ ਇਹ ਚੀਜ਼ ਠਾਣ ਲਈ ਵੀ ਹਾਂ ਇਹ ਕਰਨਾ, ਤਾਂ ਬੰਦਾ ਕਰ ਸਕਦਾ। ਜਿਹੜੀ ਗੱਲ ਤੁਸੀਂ ਪਰਾਲੀ ਬਾਰੇ ਕੁਛ ਕਹਿ ਰਹੇ ਸੀ? ਹਾਂਜੀ, ਮੈਂ ਜਿੱਦਾਂ ਪਰਾਲੀ ਬਾਰੇ ਮੈਂ ਜਿੱਦਾਂ ਮੇਰੇ ਫਾਦਰ ਸਾਹਿਬ ਨੂੰ ਸਮਝਾਇਆ, ਘਰਦਿਆਂ ਨੂੰ ਸਮਝਾਇਆ ਵੀ ਆਪਾਂ ਪਰਾਲੀ ਨੂੰ ਅੱਗ ਨਹੀਂ ਲਾਉਣੀ ਵੀ, ਕਿਉਂਕਿ ਇਹਦੇ ਨਾਲ ਜਿਹੜਾ ਇਨਵਾਇਰਮੈਂਟ ਹੈ ਉਹਦੇ ਨਾਲ ਬਹੁਤ ਜ਼ਿਆਦਾ ਮਤਲਬ ਪੋਲਿਊਸ਼ਨ ਹੋ ਰਿਹਾ, ਉਹਦੇ ਨਾਲ ਬਹੁਤ ਇਫੈਕਟ ਪੈ ਰਿਹਾ ਹੈਗਾ, ਖਾਸ ਕਰਕੇ ਬੱਚਿਆਂ 'ਤੇ ਵੀ, ਕਿਉਂਕਿ ਬੱਚਿਆਂ ਨੂੰ ਥੋੜ੍ਹਾ ਜਿਹਾ ਨਾ ਉਸ ਟਾਈਮ ਦੇ ਵਿੱਚ ਸਾਹ ਲੈਣ 'ਚ ਵੀ ਪ੍ਰੋਬਲਮ ਆਉਂਦੀ ਆ, ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਚੱਲ ਠੀਕ ਹੈ ਵੀ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਅਤੇ ਉਦੋਂ ਦੇ ਮਤਲਬ ਮੈਂ ਕੰਪਲੀਟ ਇਹਨਾਂ ਦੇ ਨਾਲ ਹੀ ਮਤਲਬ ਨਾਲ ਕਰਵਾਉਣ ਲੱਗ ਗਈ। ਅਤੇ ਜੇ ਹੁਣ ਗੱਲ ਕਰੀਏ ਜਿਹੜੇ ਤੁਹਾਡੇ ਨਾਲ ਦੇ ਬਾਹਰ ਗਏ ਹੋਏ ਨੇ, ਜਿਵੇਂ ਤੁਹਾਨੂੰ ਦੱਸਿਆ ਕਿ ਤੁਹਾਡੀ ਸਹੇਲੀਆਂ ਬਾਹਰ ਨੇ, ਅਤੇ ਕਦੇ ਕਦੇ ਮਨ 'ਚ ਆਉਂਦਾ ਨਹੀਂ ਵੀ ਮੇਰੀ ਸਹੇਲੀਆਂ ਬਾਹਰ ਨੇ, ਮੈਨੇ ਬਾਪੂ ਦਾ ਕਹਿਣਾ ਮੰਨ ਕੇ ਇੱਥੇ ਰਹਿ ਗਈ, ਖੇਤੀ ਕਰਨ ਲੱਗ ਗਈ? ਹਾਂਜੀ ਹਾਂ, ਇਹ ਤਾਂ ਆਉਂਦਾ ਹੈਗਾ ਵੀ ਚਲੋ ਵੀ ਹੈ ਨਾ, ਕਿਉਂਕਿ ਨਾਲ ਪੜ੍ਹੇ ਲਿਖੇ ਸੀਗੇ ਸਾਰੇ ਹੈ ਨਾ ਅਸੀਂ, ਤਾਂ ਫਿਰ ਪਰ ਉਹ ਮੈਨੂੰ ਉਸ ਵਧੀਆ, ਉਹ ਮੈਨੂੰ ਮਤਲਬ ਹੱਲਾਸ਼ੇਰੀ ਦਿੰਦੇ ਨੇ, ਉਹ ਵੀ ਮੇਰੇ ਜਿਹੜੇ ਦੋਸਤ ਮਿੱਤਰ ਨੇ। ਅਸੀਂ ਤਾਂ ਇਹ ਦੇਖਦੇ ਹਾਂ ਵੀ ਜੇ ਸਰਕਾਰਾਂ ਜਿਵੇਂ ਹੁਣ ਐਗਰੀਕਲਚਰ ਦੇ ਵਿੱਚ ਜਵਾਕ ਜਿਹੜੇ ਆਉਂਦੇ ਨੇ, ਹੁਣ ਸਾਡੇ ਖੇਤੀਬਾੜੀ ਵਾਲੇ ਬੱਚੇ ਤਾਂ ਖੇਤੀਬਾੜੀ ਦੇ ਹੀ ਸਿੱਖ ਰਹੇ ਨੇ, ਹੁਣ ਜੇ ਹੁਣ ਅਸੀਂ ਇਹਨਾਂ ਨੂੰ ਕਹਿ ਦਈਏ ਵੀ ਜਾ ਕੇ ਤੁਸੀਂ ਕੋਈ ਹੋਰ ਕੋਈ ਕਰ ਲਓ, ਉਹ ਨਹੀਂ ਜਾਣਦੇ। ਹੁਣ ਇਹਨਾਂ ਨੂੰ ਖੇਤੀਬਾੜੀ ਦਾ ਪਤਾ ਹੈ ਕਿਵੇਂ ਜ਼ਰੂਰੀ, ਅਸੀਂ ਖੇਤੀਬਾੜੀ ਦਾ ਹੀ ਇਹਨੂੰ ਕੋਰਸ ਕਰਵਾ ਰਹੇ, ਐਗਰੀਕਲਚਰ ਦਾ ਹੀ, ਫੂਡ ਪ੍ਰੋਸੈਸਿੰਗ ਦਾ ਕੀਤਾ, ਇੱਦਾਂ ਸਰਕਾਰ ਨੂੰ ਇਹੀ ਅਪੀਲ ਕਰਦੇ ਵੀ ਜਿਹੜੇ ਬੱਚੇ ਉੱਥੇ ਜਾ ਕੇ ਉਰੇ ਕੁਛ ਕਰਨ ਨੂੰ ਚਾਹੁੰਦੇ ਨੇ ਉਹਨਾਂ ਦੀ ਉਰੇ ਹੈਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ ਨਾ, ਹੁਣ ਤਾਂ ਹੀ ਬੱਚੇ ਬਾਹਰ ਭੱਜੀ ਜਾਂਦੇ ਨੇ। ਅਸੀਂ ਇਹਨੂੰ ਇਹ ਕਰਕੇ ਇਸ ਮੈਂ ਰੱਖ ਲਿਆ ਵੀ ਦੇਖੋ ਮੈਨੂੰ ਇੰਨੀ ਉਮੀਦ ਹੈ, ਭਰੋਸਾ ਹੈ ਵੀ ਤੂੰ ਉਰੇ ਪੜ੍ਹ ਲੈ, ਕੋਈ ਵੀ ਡਿਗਰੀ ਨਾ ਸਾਡਾ, ਤੇਰਾ ਕੋਈ ਵੀ ਕੋਰਸ ਨਾ ਰਹੇ, ਵੀ ਉਦੋਂ ਬਾਅਦ ਮੈਨੂੰ ਲੱਗਦਾ ਵੀ ਪਰਮਾਤਮਾ ਸੁਣੂਗਾ ਇਹਨੂੰ ਕੋਈ ਨਾ ਕੋਈ ਸਰਕਾਰੀ, ਜਿਵੇਂ ਹੋ ਐਗਰੀਕਲਚਰ ਦੇ ਵਿੱਚ ਹੀ 2-3 ਵਾਰੀ ਟਰਾਈ, ਹੁਣ ਕੰਪਨੀਆਂ ਨੇ ਬੜੇ ਓਫਰ ਆ ਰਹੇ ਨੇ ਸਾਨੂੰ, ਕੰਪਨੀਆਂ ਦੇ ਵਾਰਡ ਵੀ ਪਏ ਨੇ, ਪਰ ਅਸੀਂ ਪ੍ਰਾਈਵੇਟ ਕੰਪਨੀਆਂ ਤੋਂ ਥੋੜ੍ਹਾ ਜਿਹਾ ਝਿਜਕਦੇ ਹਾਂ ਵੀ ਸਰਕਾਰ ਦੇ ਹੀ ਹੈ, ਜੇ ਸਰਕਾਰੀ ਵਾਲੇ ਪਾਸੇ ਆ ਜੇ ਨਾ ਇਹ, ਉਹਦੇ ਵਿੱਚ ਕੀ ਹੈਗਾ ਹੁਣ ਇਹਨਾਂ ਨੂੰ ਜਿਹੜੇ ਬੱਚੇ ਨੇ ਉਹਨਾਂ ਨੂੰ ਪਤਾ ਹੈ ਜੀ ਵੀ ਜਿਹੜਾ ਐਗਰੀਕਲਚਰ ਦਾ ਹੈ ਤਾਂ ਉਹਦੇ ਵਿੱਚ ਕੀ ਸਮੱਸਿਆਵਾਂ ਨੇ, ਅਸੀਂ ਕਿਵੇਂ ਘੁਲ ਕੇ ਜਾ ਰਹੇ ਹਾਂ। ਤੁਸੀਂ ਗੱਲ ਐਵਾਰਡ ਦੀ ਕੀਤੀ ਹੈ, ਇਹ ਤਸਵੀਰਾਂ ਦੇ ਵਿੱਚ ਅਸੀਂ ਦੇਖ ਸਕਦੇ ਹਾਂ, ਇਹ ਐਵਾਰਡ ਦਿੱਤੇ ਗਏ ਨੇ ਕੁੜੀ ਨੂੰ ਕਿਸ ਕਾਰਨ ਦਿੱਤੇ ਗਏ ਨੇ? ਇਹ ਜਿਵੇਂ ਇੱਕ ਤਾਂ ਪ੍ਰਦੂਸ਼ਣ ਵਾਲਾ ਹੋ ਗਿਆ ਜੀ, ਵੀ ਦੂ
ਅਸੀਂ ਪਿੰਡ ਕਨੋਈ ਦੀਆਂ ਉਹ ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਗਈਆਂ, ਗੱਲਬਾਤ ਕੀਤੀ ਗਈ ਅਮਨ ਨਾਲ, ਜੋ ਆਪਣੇ ਬਾਪੂ ਨਾਲ ਮੋਢੇ ਨਾਲ ਮੋਢਾ ਲਾ ਕੇ ਖੇਤੀ ਦਾ ਕੰਮ ਵੀ ਕਰਾਉਂਦੀ ਹੈ, ਪੜ੍ਹਦੀ ਵੀ ਹੈ, ਲੇਕਿਨ ਉਹਦੇ ਬਾਪੂ ਜੀ ਦਾ ਕਹਿਣਾ ਹੈ ਕਿ ਕੁੜੀ ਮੁੰਡੇ ਨਾਲੋਂ ਵੱਧ ਕੰਮ ਕਰਦੀ ਹੈ। ਸੰਗਰੂਰ ਤੋਂ ਤੇਜਿੰਦਰ ਕੁਮਾਰ ਸ਼ਰਮਾ, ਸਪੋਕਸਮੈਨ ਟੀਵੀ।